ਨਸ਼ੇ ਤਾਂ ਸਾਡੇ ਕਾਲਿਆਂ ਵਾਲੀ ਲੱਗਦੀ ਹੈ ਨਾਲ, ਕਾਲਿਆਂ ਵਾਲੀ ਦੇ ਵਿੱਚ ਬਹੁਤ ਬੁਰਾ ਹਾਲ ਹੈ। ਨਾਲ ਸਾਡੇ ਮਤਲਬ ਵੀ ਇੱਧਰ ਭਾਈਚਾਰਾ ਹੈਗਾ, ਉਹ ਥੋੜ੍ਹੇ ਮੋਟੇ ਮੁੰਡੇ ਲੱਗੇ ਹੋਏ ਆ। ਕੰਮ ਜੀ ਕੋਈ ਗਰੀਬਾਂ ਦੇ ਹੋਈ ਨਹੀਂ। ਅੱਛਾ, ਹਾਂ ਕੋਈ ਸਰਕਾਰ ਨੇ ਸਾਡੇ ਤੱਕ ਕੰਮ ਇਹਨਾਂ 'ਚੋਂ ਕੋਈ ਨਹੀਂ ਕਰ ਰਿਹਾ। 5 ਸਾਲ ਸ਼ੀਸ਼ਪਾਲ ਰਹਿ ਗਿਆ, 5 ਸਾਲ ਬਲਕੌਰ ਰਹਿ ਗਿਆ, 5 ਸਾਲ ਚਰਨਜੀਤ ਅਰੋੜੀ ਰਹਿ ਗਿਆ, ਸਾਡੇ ਤਾਂ ਕੋਈ ਵਿਕਾਸ ਹੋਇਆ ਨਹੀਂ। ਕਹਦਾ ਜੀ ਅਸਲ ਤਾਂ ਸਰਕਾਰ ਬਣ ਕੇ, ਜਿਹੜੀ ਨਵੀਂ ਸਰਕਾਰ ਬਣਦੀ ਬਣੇ, ਉਹ ਨਸ਼ੇ 'ਤੇ ਰੋਕ ਹੀ ਲਾਵੇ। ਪਹਿਲਾ ਨੰਬਰ ਤਾਂ ਨਸ਼ੇ ਨੂੰ ਰੋਕਣਾ ਚਾਹੀਦਾ। ਇਹ ਤਾਂ ਮਤਲਬ ਇਕੱਠੇ ਹੋਣਾ ਇਹਨਾਂ ਨੇ, ਇਕੱਠੇ ਇਹਨਾਂ ਦਾ ਕੀ ਹੈ, ਕੱਲ੍ਹ ਨੂੰ ਇਹ ਹੋਰ ਪਾਸੇ ਭੱਜ ਜਾਣਗੇ। ਕੱਲ੍ਹ ਤਾਂ ਕੰਮ ਦੀ ਹੈ ਨਾ, ਜਿਹੜਾ ਕੰਮ ਕਰੂ ਉਹਨੂੰ ਤਾਂ ਲੋੜ ਹੀ ਨਹੀਂ ਵੋਟ ਮੰਗਣ ਦੀ, ਉਹ ਤਾਂ ਆਪੇ ਆਟੋਮੈਟਿਕ ਬਣ ਜਾਣਾ। ਕੋਈ ਵੀ ਕਾਂਗਰਸ ਦਾ MLA ਆਪਣੇ ਸ਼ੀਸ਼ਪਾਲ ਰਿਹਾ, ਕਹਿੰਦੇ 15 ਕਰੋੜ ਰੁਪਇਆ ਲਾਇਆ ਹੈਗਾ, ਕਹਿੰਦੇ ਕੋਈ ਲੱਗਦਾ ਕੋਈ ਸਾਨੂੰ ਤਾਂ ਕਿਤੇ ਦਿਸੇ ਨਹੀਂ ਜੀ ਲੱਗਿਆ, ਉਹਦਾ ਬੋਲੂ ਹੈ ਜੀ ਕਿਤੇ ਲੱਗਿਆ ਹੋਇਆ ਤਾਂ ਕੁਛ ਨਹੀਂ ਹਜੇ ਤੱਕ ਦਾ, ਕੋਈ ਨਹੀਂ ਨਾ ਸ਼ੀਸ਼ਪਾਲ ਨਾ ਕੋਈ ਹੋਰ ਕਿਸੇ ਦਾ ਕੁਛ ਨਹੀਂ ਹੈ। ਸਰਕਾਰਾਂ ਤਾਂ ਮਤਲਬ ਜ਼ਮੀਨਾਂ ਵਿਕਾਉਣ 'ਤੇ ਤੁਲੀਆਂ ਹੋਈਆਂ ਜੀ ਕਿਸਾਨਾਂ ਦੇ, ਚਾਰੇ ਪਾਸਿਓਂ ਕਿਸਾਨ ਨੂੰ ਮਾਰ ਪੈ ਰਹੀ ਹੈ ਜੀ। ਕਿਸਾਨ ਨੂੰ ਕੋਈ ਐ ਐਵੇਂ ਹੋ ਗਏ 2-3 ਸਾਲ ਹੋ ਗਏ, ਨਰਮੇ ਦਾ ਬੁਰਾ ਹਾਲ ਹੈ ਜੀ, ਗੁਲਾਬੀ ਸੁੱਤੀ ਨਰਮੇ ਦਾ ਬੁਰਾ ਹਾਲ ਕਰ ਦਿੰਦੀ ਹੈ, ਭੋਰਾ ਵੀ ਨਰਮਾ ਨਹੀਂ। ਸ਼ੀਸ਼ਪਾਲ ਮਾਰਦਾ ਰਿਹਾ ਕਿਹੜਾ, ਸ਼ੀਸ਼ਪਾਲ ਤਾਂ ਕਿਹੜੇ ਤਾਂ ਮਾਰਦਾ, ਫਿਰ ਪੱਲੇ ਕੱਖ ਨਹੀਂ। ਅੱਛਾ, ਕੋਈ ਫਾਇਦਾ ਹੀ ਨਹੀਂ। ਆਹ ਸ਼ੀਸ਼ਪਾਲ ਰਹਿ ਗਿਆ MLA, ਮੈਂ ਤਾਂ ਇਹਨੂੰ ਦੇਖਿਆ ਨਹੀਂ 5 ਸਾਲ, ਹੁਣ ਦੇਖਿਆ, ਹੁਣ ਇਹ ਵੀਡੀਓ 'ਚ ਆ ਰਿਹਾ, ਪਿੰਡ 'ਚ ਤਾਂ ਮੈਂ ਹਜੇ ਵੀ ਨਹੀਂ ਦੇਖਿਆ ਵੀ ਗਲੀ ਗਲੀ ਫਿਰਦਾ ਜਾਂ ਵਿਕਾਸ ਦਿੰਦਾ ਫਿਰਦਾ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਸੀਂ ਪਹੁੰਚੇ ਹਾਂ ਕਾਲਾਂ ਵਾਲੀ ਹਲਕਾ ਦੇ ਪਿੰਡਾਂ ਵਿੱਚ, ਅੱਜ ਪਹੁੰਚੇ ਹਾਂ ਤਾਰੂਆਣੇ, ਅਤੇ ਤਾਰੂਆਣੇ ਦੇ ਵਿੱਚ ਪਿਛਲੇ ਸਰਕਾਰ 'ਚ ਕੀ ਕੰਮ ਹੋਏ ਹੈ, ਲੋਕ MLA ਤੋਂ ਖੁਸ਼ ਹੈ ਜਾਂ ਉਹਨਾਂ ਦੇ ਕੰਮਾਂ ਤੋਂ ਨਹੀਂ ਹੈ, ਅਤੇ ਇਸ ਵਾਰ ਲੋਕਾਂ ਦਾ ਕੀ ਹੈ ਮੂਡ, ਆਪਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਬਣੇ ਰਹੋ, ਇਸ ਵੀਡੀਓ ਨੂੰ ਕਰ ਦਿਓ ਸ਼ੇਅਰ। ਬਹੁਤ ਬਹੁਤ ਧੰਨਵਾਦ। ਪਿੰਡ 'ਚ ਆਪਣੇ ਕੋਈ ਕੰਮ ਕੋਈ ਹੋਏ ਹੈਗੇ? ਕੰਮ ਜੀ ਕੋਈ ਗਰੀਬਾਂ ਦੇ ਹੋਏ ਨਹੀਂ। ਅੱਛਾ, ਹਾਂ ਕੋਈ ਸਰਕਾਰ ਨੇ ਸਾਡੇ ਤਾਂ ਕਰੀ ਨਹੀਂ। ਅੱਛਾ, ਹਾਂ ਕੋਈ ਕਨੌਲੀ ਹੈ ਗੱਪਾ ਉਹ ਨਹੀਂ ਵਾਲੇ ਰਹੀ। ਅੱਛਾ, ਨਰੇਗਾ ਨੁਰੇਗਾ ਤਾਂ ਚੱਲਦਾ ਰਹੇ? ਨਰੇਗਾ ਤਾਂ ਨਹੀਂ ਚੱਲਦਾ ਜੀ। ਅੱਛਾ, ਉਹ ਵੀ ਨਹੀਂ ਚੱਲਦਾ। ਠੀਕ ਹੈ, ਹਾਂ ਕੋਈ ਵੀ ਜਿੰਨਾ ਆਪਣਾ ਗਰੀਬ ਦਾ ਹੁੰਦਾ ਵੀ ਨਹੀਂ ਹੋ ਰਿਹਾ ਕੰਮ, ਸੁਣਵਾਈ ਕੋਈ ਨਹੀਂ? ਨਾ ਨਾ ਕੋਈ ਸੁਣਾਈ ਨਹੀਂ। ਅੱਛਾ, ਹਾਂ ਇਤਕਾਲ ਜੋ ਬਣਾਇਆ ਸੀ ਉਹਦਾ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ? ਉਹਦਾ ਫਾਇਦਾ ਤਾਂ ਜੀ ਪਹਿਲਾਂ ਸੀਗਾ, ਮਤਲਬ ਵੀ ਕੁੜੀਆਂ ਦਾ ਪੱਲੀਆਂ ਦਾ, ਹੁਣ ਮੁੰਡਿਆਂ ਦਾ ਵੀ ਵਿੱਚ ਗਲਤ ਹੋ ਗਿਆ ਕੰਮ, ਗਲਤ ਹੋ ਗਿਆ। ਅੱਛਾ, ਵੱਢ ਵੇਲੀ ਹੋ ਗਈ। ਆਹ ਚੀਜ਼ ਹੈ, ਲੋਕਾਂ ਦੀ ਨਾਰਾਜ਼ਗੀ ਹੈ ਜੀ? ਨਾਰਾਜ਼ਗੀ ਦਿਲੋਂ ਨਾਰਾਜ਼ ਹੈ ਜੀ, ਵੀ ਜਿਹੜਾ ਹੁਣ ਕੁੜੀਆਂ ਕੜੀਆਂ ਦਾ ਕਹਿ ਕੇ ਕੱਲੀਆਂ ਦਾ ਤੇ ਵਿੱਚ ਹੁਣ ਮੁੰਡਿਆਂ ਦਾ ਵੀ ਦਾਖਲਾ ਭਰਾਉਣ ਲੱਗ ਗਏ, ਫਿਰ ਗਲਤੀ ਹੋ ਗਿਆ। ਨਸ਼ੇ ਨੁਸ਼ੇ ਦਾ ਜੀ ਕਿਵੇਂ ਮਾਹੌਲ ਹੈ? ਨਸ਼ੇ ਦਾ ਤਾਂ ਮਾਹੌਲ ਸੀਗਾ ਪਹਿਲਾਂ, ਉਹ ਤਾਂ ਚੱਲ ਗਏ ਦੁਨੀਆਂ ਤੋਂ। ਅੱਛਾ, ਹਾਂ ਮੁੰਡੇ ਸੀਗੇ ਚੰਗੇ ਮੁੰਡੇ ਤੇ ਬਹੁਤ ਦੁਨੀਆਂ ਤੋਂ ਚੱਲ ਗਏ, ਹੁਣ ਮਤਲਬ ਉਸ ਤੋਂ ਬਾਅਦ ਕੋਈ ਮਾੜਾ ਮੋਟਾ ਸੁਧਾਰ ਆਏਗਾ। ਕੀ ਲੱਗਦਾ ਪਿੰਡ 'ਚ ਆਪਣੇ ਕੰਮ ਹੋਣੇ ਚਾਹੀਦੇ ਸੀਗੇ, ਜਿਹੜੇ ਕੰਮ ਕੀ ਲੱਗਦਾ ਵੀ ਜਿਹੜੇ ਨਹੀਂ ਹੋਏ? ਕੰਮ ਗਰੀਬਾਂ ਦੇ ਕੋਈ ਬੀਜ ਨਹੀਂ ਬਣੇ, ਕੋਈ ਗੋਲੀ ਨਹੀਂ ਬਣੀ, ਕੋਈ ਕੁਛ ਨਹੀਂ ਬਣਿਆ। ਅੱਛਾ, ਕੁਛ ਨਹੀਂ ਬਣਿਆ? ਹਾਂ ਜੀ। ਅੱਛਾ, ਤੇ ਆਪਣੇ MLA ਸ਼ੀਸ਼ਪਾਲ ਉਹ ਆਉਂਦੇ ਰਹੇ ਆ, ਕੋਈ ਕੰਮ ਕੁੰਮ ਉਹਨਾਂ ਨੇ ਕਰਾਇਆ ਕਿ ਨਹੀਂ ਗਏ? ਨਹੀਂ ਜੀ। ਪਿੰਡ ਦਾ ਕਿਵੇਂ ਕੋਈ ਕੰਮ ਕੁੰਮ ਹੋਏ ਆ ਪਹਿਲਾਂ ਸਰਕਾਰ 'ਚ? ਪਿੰਡ ਦਾ ਕੰਮ ਕਿਹੜਾ ਜੀ, ਜਿਹੜਾ ਬਣ ਜਾਂਦਾ ਉਹੀ ਆਪਦੇ ਘਰ ਨੂੰ ਬਣਾਉਂਦਾ। ਅੱਛਾ, ਤੇ ਨਸ਼ੇ ਦਾ ਕਿਵੇਂ ਕੀ ਮਾਹੌਲ ਆ? ਨਸ਼ੇ ਦਾ ਤੀਰਾਂ ਦਾ ਟਿਕ ਟਿਕਾ ਹੀ ਆ ਜੀ ਫਿਰ ਦੇਖੋ। ਅੱਛਾ ਅੱਛਾ, ਆ ਕਾਲਜ ਦਾ ਕਹਿੰਦੇ ਸੀ ਕਾਲਜ ਬਣਾਇਆ ਹੈਗਾ, ਕੋਈ ਹੈ ਸੁੱਖ ਪਿੰਡ ਨੂੰ ਜਵਾਕਾਂ ਨੂੰ? ਹੈਗਾ ਜੀ ਕੀਰਾਂ ਦਾ। ਐਤਕੀ ਕਾਲਾਂ ਵਾਲੀ 'ਚ ਕੀ ਲੱਗਦਾ ਫਿਰ, BJP ਦਾ ਰਜਿੰਦਰ ਦੇਸੂ ਯੋਧਾ ਹੈ, ਇੱਧਰੋਂ ਸ਼ੀਸ਼ਪਾਲ ਕੇਰ ਵਾਲਾ ਹੈ, NLO ਦੇ ਆ? ਦੇਖੋ ਜੀ ਇਹਦੀ ਮਿਹਨਤ ਤਾਂ ਇਹਦੀ ਹੈ। ਕਿਹੜੇ ਦੀ? ਦੇਸੂ ਵਾਲੇ ਦੀ। ਅੱਛਾ, ਦੇਸੂ ਯੋਧੇ ਦੀ। ਅਸੀਂ ਪਹੁੰਚੇ ਹਾਂ ਅੱਜ ਤਾਰੂਆਣਾ, ਤੇ ਇੱਥੇ 7 ਦੇ ਵਿੱਚ ਨੌਜਵਾਨ ਵੀਰ ਬੈਠੇ ਆ, ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਾਈ ਜੀ ਕੀ ਨਾਮ ਆ ਤੁਹਾਡਾ? ਗੁਰਚਰਨ ਸਿੰਘ।
ਗੁਰਸ਼ਰਨ ਸਿੰਘ, ਆਪਣੇ 5 ਸਾਲ ਬਾਅਦ ਇਲੈਕਸ਼ਨ ਆ ਜਾਂਦਾ ਤੇ ਮਾਹੌਲ ਹੁਣ ਕਿਵੇਂ ਲੱਗਦਾ ਹੈ? ਕਿਵੇਂ ਬੀਜੇਪੀ ਕਾਂਗਰਸ ਕੀ ਲੱਗਦਾ ਵੀ ਕਿਹੜੀ ਸਰਕਾਰ ਬਣਨੀ ਚਾਹੀਦੀ ਹੈ ਜਾਂ ਕਿਹੜੀ ਸਰਕਾਰ ਲੋਕਾਂ ਦੇ ਹੱਕ ਦੀ ਆ? ਸਾਡੇ ਤਾਂ ਦੇਖ ਲਓ ਜੀ, ਮੈਨੂੰ ਹੋ ਗਏ 15 ਸਾਲ ਦੇ, ਅਜੇ ਤੱਕ ਸਾਡੇ ਏਰੀਏ ਦੇ ਵਿੱਚ ਕੋਈ ਸਰਕਾਰ ਚੱਜ ਦੀ ਨਹੀਂ ਆਈ, ਨਾ ਹੀ ਕੋਈ MLA, ਨਾ ਹੀ ਕੋਈ MP, ਨਾ ਹੀ ਕੋਈ MLA, MP, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਕੋਈ ਨਹੀਂ ਜੱਜਿਆ। ਕੋਈ ਬੰਦੇ ਨੇ ਮੰਨ ਲਓ, ਕੋਈ ਲਾ ਲਓ, ਇਹਨਾਂ ਨੇ ਕਿਸਾਨਾਂ ਲਈ ਕੁਛ ਨਹੀਂ ਕੀਤਾ, ਜਾਂ ਕੋਈ ਗਰੀਬ ਭਾਈਚਾਰਾ ਉਹਨਾਂ ਲਈ ਵੀ ਕੋਈ ਹੱਲ ਨਹੀਂ। ਇਹਨਾਂ ਨੇ ਆਉਣਾ, ਵੋਟਾਂ ਮੰਗ ਲੈਣੀਆਂ। ਮੰਨ ਲਓ ਵੀ ਪਿੰਡ ਦੇ ਵਿੱਚ ਹੁੰਦੇ ਆ 2-2 4-4 ਬੰਦੇ, ਹਰੇਕ ਪਾਰਟੀ ਦੇ ਆਗੂ ਘਰ ਹੁੰਦੇ ਆ, ਉਹਨਾਂ ਨੇ ਵੋਟ ਮੰਗਣੀ ਹੈ, ਵੋਟ ਲੈ ਲਈ, ਜਦੋਂ ਉਸ ਤੋਂ ਬਾਅਦ ਕਿਸੇ ਨੇ ਆਉਣਾ ਨਹੀਂ। ਜਿਹੜੇ ਬੰਦੇ ਵੋਟ ਅੱਗੇ ਲੈ ਜਾਂਦੇ ਆ ਉਹਨਾਂ ਦੇ ਮਾੜੇ ਮੋਟੇ ਕੰਮ ਹੋ ਜਾਂਦੇ ਆ, ਜਿਹੜੇ ਸਾਡੇ ਵਰਗੇ ਗਰੀਬ ਬੰਦੇ ਹੁੰਦੇ ਆ ਉਹਨਾਂ ਨੂੰ ਹੁੰਦਾ ਵੀ ਪੈਸੇ ਥਰੂ ਕੰਮ ਕਰਾਉਣਾ, ਠੀਕ ਹੈ, ਪੈਸਾ ਦਿਓ ਕੰਮ ਹੋ ਜਾਣਾ, ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ। ਅੱਜ ਕੱਲ ਸਭ ਤੋਂ ਮੇਨ ਚੀਜ਼ ਹੈ ਪੈਸਾ। ਨਸ਼ੇ ਦਾ ਕੀ ਮਾਹੌਲ ਹੈ? ਨਸ਼ੇ ਦਾ ਸਾਡੇ ਕਾਲਿਆਂ ਲਈ ਲੱਗਦੀ ਹੈ ਨਾਲ, ਕਾਲਿਆਂ ਲਈ ਦੇ ਵਿੱਚ ਬਹੁਤ ਬੁਰਾ ਹਾਲ ਹੈ। ਨਾਲ ਸਾਡੇ ਮੰਨ ਲਓ ਵੀ ਇੱਧਰ ਭਾਈਚਾਰਾ ਹੈਗਾ, ਉਹ ਥੋੜੇ ਮੋਟੇ ਮੁੰਡੇ ਲੱਗੇ ਹੋਏ ਆ ਸਾਡੇ, ਨਾ ਹੀ ਤਾਂ ਪਿੰਡ ਦੇ ਵਿੱਚ ਕੋਈ ਗਰਾਊਂਡ ਹੈ ਖੇਡਣ ਲਈ, ਕੁਛ ਵੀ ਹੱਲ ਹੈ ਨੀ। ਜੇ ਮਾੜਾ ਮੋਟਾ ਬਣਵਾ ਲੈਂਦੇ ਆ ਉਹਨੂੰ, ਕੋਈ ਨਾ ਕੋਈ ਕਿਹਦੀ ਜ਼ਮੀਨ ਆ ਜਾਂਦੀ ਹੈ, ਅਗਲਾ ਵਾਹ ਲੈਂਦਾ। ਨਾ ਤਾਂ ਸਾਡੇ ਸਟੇਡੀਅਮ ਹੈ, ਮੁੰਡੇ ਸਾਡੇ ਮੰਨ ਲਓ ਵੀ ਜਿਹੜਾ ਮੁੰਡੇ ਹੁਣ ਖੇਡਦੇ, ਅਸੀਂ 15 ਕੁ ਜਾਣੇ ਖੇਡਦੇ ਹਾਂ, 15 ਮੁੰਡਿਆਂ ਦੇ ਵਿੱਚੋਂ ਇੱਕ ਵੀ ਮੁੰਡਾ ਕੋਈ ਨਸ਼ਾ ਪਤਾ ਨਹੀਂ ਕਰਦਾ। ਜਦੋਂ ਵਿਹਲੇ ਹੁੰਦੇ ਇਹ, ਵਿਹਲੇ ਆਹੀ ਕੰਮ ਤੇ ਪੁੱਠੇ ਪਾਸੇ ਆ, ਚੋਰੀਆਂ ਠੱਗੀਆਂ ਆਹ ਕੰਮ ਹੈ। ਜੇ ਸਾਡੇ ਮੰਨ ਲਓ ਹੁਣ ਖੇਡਣ ਦਾ ਪ੍ਰਬੰਧ ਹੋਵੇ ਤਾਂ ਸਾਰੇ ਮੁੰਡੇ ਖੇਡਣ ਆਉਣ, ਫ੍ਰੀ ਹੋ ਕੇ ਮੰਨ ਲਓ ਬੰਦਾ ਆਉਂਦਾ ਹੀ ਕੰਮ ਕਰ ਕਰਕੇ ਖੇਡਣ ਆ ਜਾ। ਅੱਛਾ, ਕਾਲਿਆਂ ਵਾਲੀ ਤੂੰ ਜਿਹੜੇ ਐਨਐਲਓ ਨੇ ਵੀ ਆਪਦਾ ਉਮੀਦਵਾਰ ਉਤਾਰ ਰੱਖਿਆ, ਬੀਜੇਪੀ ਨੇ ਵੀ ਤੇ ਕਾਂਗਰਸ ਨੇ ਫਿਰ ਜਿਹੜਾ ਸ਼ਿਸ਼ਪਾਲ ਨੂੰ ਟਿਕਟ ਦਿੱਤੀ ਹੈ, ਲੱਗਦਾ ਕੋਈ ਬੰਦਾ ਇਹਨਾਂ ਚ ਕੋਈ ਕੰਮ ਦਾ ਹੈਗਾ? ਕੋਈ ਕੰਮ ਸਾਡੇ ਹਿਸਾਬ ਦਾ ਇੱਕ ਵੀ ਹੈ ਨੀ ਕੰਮ ਦਾ। ਅੱਛਾ, ਸਾਨੂੰ ਤਾਂ ਇਹ ਚੀਜ਼ਾਂ ਪਸੰਦ। ਜਿਹੜਾ ਬੰਦੇ ਨੇ ਮੰਨ ਲਾ ਵੀ ਵੋਟਾਂ ਮੰਗਣੀਆਂ ਆਉਣਾ, ਜਾਂ ਇਹ ਮੰਨ ਲਾ ਵੀ ਕਈ ਬੰਦੇ ਕਹਿੰਦੇ ਆ ਕਿ ਸਾਡੇ ਉਹ ਭੋਗ ਤੇ ਬੈਠਣ ਆ ਗਿਆ ਸੀ, ਇਹ ਗੱਲਾਂ ਤਾਂ ਆਪਾਂ ਨੂੰ ਮੈਟਰ ਹੀ ਨੀ। MLA MP ਬਣ ਗਿਆ, ਭੋਗ ਤੇ ਸੱਦ ਕੀ ਕਰਨਾ? ਮਤਲਬ ਆਪਾਂ ਨੂੰ ਕੰਮ ਦਾ, ਕੰਮ ਇਹਨਾਂ ਚੋਂ ਕੋਈ ਨੀ ਕਰ ਰਿਹਾ। 5 ਸਾਲ ਸ਼ਿਸ਼ਪਾਲ ਰਹਿ ਗਿਆ, 5 ਸਾਲ ਬਲਕੌਰ ਰਹਿ ਗਿਆ, 5 ਸਾਲ ਚਰਨਜੀਤ ਅਰੋੜੀ ਰਹਿ ਗਿਆ, ਸਾਡੇ ਤਾਂ ਕੋਈ ਵਿਕਾਸ ਹੋਇਆ ਨੀ। ਸਾਰੇ ਇਕੱਠੇ ਹੋਏ ਫਿਰਦੇ ਹੁਣ ਕਾਂਗਰਸ, ਇਹ ਤਾਂ ਮਤਲਬ ਇਕੱਠੇ ਹੋਣਾ ਇਹਨਾਂ ਨੇ, ਕੱਟੇ ਇਹਨਾਂ ਦਾ ਕੀ ਹੈ, ਕੱਲ ਨੂੰ ਇਹ ਹੋਰ ਪਾਸੇ ਭੱਜ ਜਾਣਗੇ। ਕੱਲ ਤਾਂ ਕੰਮ ਦੀ ਹੈ ਨਾ, ਜਿਹੜਾ ਕੰਮ ਕਰੂ ਉਹਨੂੰ ਤਾਂ ਲੋੜ ਹੀ ਨੀ ਵੋਟ ਮੰਗਣ ਦੀ, ਉਹ ਤਾਂ ਆਪੇ ਆਟੋਮੈਟਿਕ ਬਣ ਜਾਣਾ ਕੋਈ ਵੀ ਉੱਠੇ। ਅਵਤਾਰ ਸਿੰਘ ਜੀ, ਆਪਣੇ ਨੌਜਵਾਨਾਂ ਵਾਸਤੇ ਕੋਈ ਸਰਕਾਰ ਨੇ ਕੋਈ ਕੰਮ ਕੀਤਾ, ਚਾਹੇ ਕਾਂਗਰਸ ਦੀ ਗੱਲ ਕਰੀਏ ਜਾਂ ਬੀਜੇਪੀ ਦੀ, ਤੇ ਹੁਣ ਇਲੈਕਸ਼ਨ ਦਾ ਮਾਹੌਲ ਆ, ਕੀ ਕਹਿਣਾ ਤੁਸੀਂ? ਨਹੀਂ ਜੀ, ਕੋਈ ਵੀ ਕੰਮ ਨਹੀਂ ਕੀਤਾ ਜੀ, ਮੇਨ ਤਾਂ ਨੌਜਵਾਨਾਂ ਵਾਸਤੇ ਗਰਾਊਂਡ ਚਾਹੀਦਾ ਜੀ। ਸਾਡੇ ਪਿੰਡ ਦੇ ਵਿੱਚ ਆਪਣੇ ਸਾਰੇ ਪਿੰਡਾਂ ਨਾਲੋਂ ਜ਼ਿਆਦਾ ਪੰਚਾਇਤੀ ਜ਼ਮੀਨ ਹੈ ਜੀ, ਜਿਹੜੀ ਕਿ ਵਿਹਲੀ ਵੀ ਪਈ ਹੈ, ਗਰਾਊਂਡ ਵਾਸਤੇ ਦੇਣ ਨੂੰ ਤਿਆਰ ਵੀ ਹੈ ਸਾਰਾ ਪਿੰਡ। ਅਜੇ ਤੱਕ ਕੋਈ ਵੀ ਗਰਾਊਂਡ ਨਹੀਂ ਹੈਗਾ ਸਾਡੇ ਪਿੰਡ ਦੇ ਵਿੱਚ, ਚਾਹੇ ਆ ਕੇ ਵੇਖ ਲਓ, ਚੈੱਕ ਕਰ ਲਓ। ਨਾ ਵਾਲੀਬਾਲ ਆ, ਜੇ ਕਿਤੇ ਵਾਲੀਬਾਲ ਦੇ 2 ਨੈੱਟ ਵਗੈਰਾ ਲੱਗੇ ਹੋਣ ਤਾਂ ਵੀ ਬੱਚੇ ਸਾਰੇ ਨੌਜਵਾਨ ਖੇਡਣ, ਨਸ਼ੇ ਦੇ ਆਪੇ ਨਾਲ ਨੇੜੇ ਜਾਣ। ਹੁਣ ਜਦੋਂ ਵਿਹਲੇ ਹੁੰਦੇ ਆ, ਕੋਈ ਇੱਕ ਨਸ਼ੇ ਕਰਦਾ ਤਾਂ ਉਹਦੇ ਨਾਲ ਰਲ ਕੇ ਉਹ ਦੂਜਾ ਲੱਗ ਜਾਂਦਾ ਜੀ, ਆਈਸੋਲੇਟ ਹੋਇਆ ਪਿਆ। ਕਿਤੇ ਇੱਕ ਬੰਦਾ ਮਨ 10 ਜਣੇ ਖੇਡੀਆਂ, ਉਹਨੂੰ ਦੇਖ ਕੇ 5 ਜਣੇ ਹੋਰ ਆਉਣਗੇ, 5 ਜਣੇ ਦੇਖ ਕੇ 20 ਜਣੇ ਹੋਰ ਆਉਣਗੇ, ਉਹ ਆਪਣਾ ਗਰਾਊਂਡਾਂ ਦੇ ਵਿੱਚ ਖੇਡਣਗੇ ਤਾਂ ਉਹਨਾਂ ਦਾ ਆਟੋਮੈਟਿਕ ਨਸ਼ੇ ਕਰਨ ਜਾਣ ਦੀ ਲੋੜ ਨਹੀਂ ਪੈਣੀ, ਉਹਨਾਂ ਨੂੰ ਮਨ ਵੀ ਨਹੀਂ ਕਰਨਾ ਉਹਨਾਂ ਦਾ ਨਸ਼ੇ ਕਰਨ, ਜੇ ਕੋਈ ਕਰਦਾ ਉਹ ਵੀ ਛੱਡ ਜੂਗਾ। ਕਾਂਗਰਸ ਦਾ MLA ਆਪਣੇ ਸ਼ਿਸ਼ਪਾਲ ਰਿਹਾ, ਕਹਿੰਦੇ 15 ਕਰੋੜ ਰੁਪਇਆ ਲਾਇਆ ਹੈਗਾ, ਕਹਿੰਦੇ ਕੋਈ ਲੱਗਦਾ ਕੋਈ? ਸਾਨੂੰ ਤਾਂ ਕਿਤੇ ਦਿਸਿਆ ਨੀ ਜੀ ਲੱਗਿਆ, ਉਹਦਾ ਬੋਲੂ ਆ ਜੀ ਕਿਤੇ ਲੱਗਿਆ ਹੋਇਆ ਤਾਂ, ਕੁਛ ਨੀ ਅਜੇ ਤੱਕ ਦਾ, ਨੀ ਕੋਈ ਨੀ, ਨਾ ਸ਼ਿਸ਼ਪਾਲ ਨਾ ਕੋਈ ਹੋਰ ਕਿਸੇ ਦਾ, ਕੁਛ ਨੀ ਆਇਆ ਸਾਡੇ ਪਿੰਡ ਦੇ। ਦੂਜੇ ਕੈਂਡੀਡੇਟ ਐਨਐਲਓ ਦਾ ਵੀ ਹੈ, ਬੀਜੇਪੀ ਦਾ? ਨਹੀਂ 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 ਨਹੀਂ, ਕੁਛ ਨਹੀਂ ਹੈਗਾ। ਸਾਨੂੰ ਮੇਨ ਗਰਾਊਂਡ ਚਾਹੀਦਾ ਜੀ, ਜੇ ਗਰਾਊਂਡ ਹੋਊਗਾ ਤਾਂ ਨਸ਼ੇ ਪੱਤੇ ਆਪੇ ਬੰਦ ਹੋ ਜਾਣਗੇ ਜੀ, ਨਸ਼ਿਆਂ ਨੂੰ ਕੋਈ ਸਰਕਾਰ ਕੋਈ ਨਹੀਂ ਬੰਦ ਕਰ ਸਕਦੀ, ਜੇ ਗਰਾਊਂਡ ਹੋਣਗੇ ਨਸ਼ੇ ਬੰਦ ਹੋ ਜਾਣਗੇ ਜੀ, ਗਰਾਊਂਡ ਹੀ ਹੈ ਨਹੀਂ ਜੀ। ਪੰਜਾਬ 'ਚ ਹਜੇ ਹੈਗੇ ਆ ਗਰਾਊਂਡ, ਚਲੋ ਵਧੀਆ ਖੇਡਦੇ ਆ ਵਿੱਚ ਜਵਾਕ, ਰਾਤ ਨੂੰ 9-9, 10-10 ਵਜੇ ਤੱਕ ਖੇਡੀ ਜਾਂਦੇ, ਹੁਣ ਜਦੋਂ ਗਰਾਊਂਡ ਹੀ ਹੈ ਨਹੀਂ ਖੇਡ ਕੇ। ਆਮ ਆਦਮੀ ਪਾਰਟੀ ਵੀ ਲੜ ਰਹੀ ਹੈ ਇਸ ਵੇਲੇ ਲੱਗਦਾ ਕੋਈ? ਸਾਨੂੰ ਤਾਂ ਜੀ ਕੋਈ, ਅਸਲ ਦੇ ਵਿੱਚ ਨਾ ਕਿਸਾਨਾਂ ਨੂੰ ਸਾਰੇ ਮਾਰਨ ਵਾਲੇ ਆ, ਕਿਸਾਨੀ ਫੇਲ ਕਰਨ ਦੇ ਤੁਲੇ ਫਿਰਦੇ ਆ ਜੀ। ਸਾਡੇ ਪਹਿਲੀ ਗੱਲ ਤਾਂ ਬੀਜ ਨੀ ਚੰਗਾ ਦਿੰਦੇ ਜੀ,
ਜਦੋਂ ਬੀਜ ਨਹੀਂ ਚੰਗਾ ਦਿੰਦੇ ਜੀ, ਹੁਣ ਰੇਹਾਂ ਸਪਰੇਹਾਂ ਸਾਨੂੰ ਇਹਨੂੰ ਐਂ ਲੱਗਦਾ ਦੋ ਦੋ ਟਰਾਲੀਆਂ ਤਾਂ ਸਾਡੀਆਂ ਜਿਹੜੀਆਂ ਸਪਰੇਹਾਂ ਵਾਲੀਆਂ ਦੁਕਾਨਾਂ ਦੇ ਟੱਪ ਜਾਣਗੀਆਂ ਜੀ। ਦੋ ਦੋ ਟਰਾਲੀਆਂ ਅਸੀਂ ਨਰਮੇ ਦੀਆਂ ਜਿਹੜੀਆਂ ਹੋਣਗੀਆਂ ਦੁਕਾਨਾਂ ਵਾਲਿਆਂ ਦਾ ਲੈਣਾ ਦੇਣਾ ਉਹਨਾਂ ਦੇ ਟੱਪ ਜਾਣੀਆਂ, ਪਿੱਛੇ ਸਾਨੂੰ ਕੁਛ ਵੀ ਨਹੀਂ ਬਚਣਾ ਜੀ। ਨਰਮੇ ਨੂੰ ਕਣਕ ਖਾਈ ਜਾਂਦੀ ਜੀ, ਕਣਕ ਨੂੰ ਨਰਮੇ ਵਾਲੀ ਖੇਤੀ ਖਾ ਜਾਂਦੀ ਜੀ, ਤੇ ਸਾਨੂੰ ਕੋਲ ਕੁਛ ਨੀ ਬਚਦਾ ਜੀ। ਹੱਕ ਦਾ ਕੋਈ ਵੀ ਨੀ ਲੋਕਾਂ ਦੇ, ਸਾਡੇ ਹੱਕ ਦਾ ਕੁਛ ਨੀ, ਕੋਈ ਵੀ ਨੀ ਹੈਗਾ, ਸਾਡਾ ਰੇਟ ਹੈ ਨੀ ਜੀ ਕੋਈ ਵੀ। ਸਾਡੀ ਲੇਬਰ ਹੈ ਜਿਹੜੀ, ਉਹ ਲੇਬਰ ਆਏ ਸਾਲ ਸਾਤੋਂ 2 ਜਾਂ 4 ਰੁਪਏ ਵੱਧ ਲੈਂਦੇ, ਜਿਵੇਂ ਕਿ ਪਿਛਲੇ ਕਿਹੜੇ 1000 ਰੁਪਏ ਸੀ ਐਕਟੀ 1200-1300 ਨੂੰ ਕਹੀ ਜਾਂਦੇ ਆ, ਚਕਾਈ ਕਹੀ ਜਾਂਦੇ, ਨਰਮੇ ਦਾ ਰੇਟ ਮੰਨ 6000 ਰੁਪਏ, ਉਹ 10-10 ਹਜ਼ਾਰ ਨੂੰ ਥੋੜਾ ਇੱਕ ਸਾਲ ਹੋਇਆ ਸੀਗਾ, ਉਹ ਵੀ ਕੋਈ ਟਰਾਲੀਆਂ ਵਿਕੀਆਂ ਸੀਗੀਆਂ, ਵਿਕਦਾ ਤਾਂ 6000-5500 ਹੀ ਹੈ, ਉਦੋਂ ਲੇਬਰ ਦਾ ਰੇਟ ਵੱਧ ਗਿਆ, ਲੇਬਰ ਨੂੰ ਵੀ ਕਰੇ ਕੀ ਮਹਿੰਗਾਈ ਦੇ ਹਿਸਾਬ ਨਾਲ ਲੇਬਰ ਦਾ ਰੇਟ ਵੀ ਦੇਖੀਏ ਤਾਂ ਕੁਛ ਨੀ ਹੈਗਾ, ਪਰ ਜ਼ਿਮੀਦਾਰ ਨੂੰ ਰੇਟ ਮਿਲਣਾ ਚਾਹੀਦਾ। ਅਮਰ ਸਿੰਘ ਜੀ, ਕੀ ਲੱਗਦਾ ਹੈਗਾ ਆਪਣੇ ਸਰਕਾਰ ਕੋਈ ਲੱਗਦੀ ਹੈ ਕੋਈ ਚੰਗੀ, ਕੋਈ ਹੱਕ ਦੀ ਲੋਕਾਂ ਦੀ? ਨਹੀਂ ਜੀ, ਸਰਕਾਰਾਂ ਤਾਂ ਮਤਲਬ ਜ਼ਮੀਨਾਂ ਵਿਕਾਉਣ ਤੇ ਤੁਲੀਆਂ ਹੋਈਆਂ ਜੀ ਕਿਸਾਨਾਂ ਦੇ, ਚਾਰੇ ਪਾਸਿਓਂ ਕਿਸਾਨ ਨੂੰ ਮਾਰ ਪੈ ਰਹੀ ਹੈ ਜੀ। ਕਿਸਾਨ ਨੂੰ ਕੋਈ ਐ ਹੋ ਗਏ 2-3 ਸਾਲ ਹੋ ਗਏ, ਨਰਮੇ ਦਾ ਬੁਰਾ ਹਾਲ ਹੈ ਜੀ, ਗੁਲਾਬੀ ਸੁੰਡੀ ਨਰਮੇ ਦਾ ਬੁਰਾ ਹਾਲ ਕਰ ਦਿੰਦੀ ਹੈ, ਭੋਰਾ ਵੀ ਨਰਮਾ ਨਹੀਂ ਹੁੰਦਾ ਜੀ, ਗਵਾਰਾ ਨਹੀਂ ਹੁੰਦਾ, ਕੋਈ ਫਸਲ ਨਹੀਂ ਹੁੰਦੀ ਜੀ, ਫਿਰ ਅੱਕ ਕੇ ਲੋਕ ਝੋਨੇ ਬੰਨੀ ਜਾਂਦੇ ਆ, ਫਿਰ ਸਰਕਾਰਾਂ ਕਹਿੰਦੀਆਂ ਵੀ ਝੋਨਾ ਲਾਉਂਦੇ ਆ ਪਾਣੀ ਖਤਮ ਕਰਨ, ਹੁਣ ਸਰਕਾਰਾਂ ਜਦੋਂ ਮਜਬੂਰ ਕਰ ਰਹੀਆਂ ਨੇ ਝੋਨੇ ਵੱਲ ਜਾਣ ਨੂੰ, ਫਿਰ ਇਹੀ ਸਰਕਾਰਾਂ ਕਹਿੰਦੀਆਂ ਕਿਸਾਨ ਪਾਣੀ ਖਰਾਬ ਕਰਦੇ ਆ, ਜਾਂ ਲੋਕ ਆ ਜਿਹੜੇ ਪੜ੍ਹਿਆ ਲਿਖਿਆ ਵਰਗ ਫੇਸਬੁੱਕਾਂ ਤੇ ਬੈਠਾ ਹੈ ਉਹ ਆਪਦੇ ਲਿਖ ਲਿਖ ਪਾਈ ਜਾਂਦਾ ਵੱਡੇ ਵੱਡੇ ਲੇਖ ਵੀ ਕਿਸਾਨ ਐਂ ਕਰਦੇ ਆ ਐਂ ਕਰਦੇ ਆ ਪਾਣੀ ਖਰਾਬ ਕਰੀ ਜਾਂਦੇ, ਹੋਰ ਕਿਸਾਨ ਜਾਣਗੇ ਕਿੱਧਰ, ਇਹ ਗੱਲ ਹੈ। ਦੂਜੀ ਗੱਲ ਹੈ ਜੀ, ਹਰਿਆਣੇ ਚ 10 ਸਾਲ ਬੀਜੇਪੀ ਦੀ ਸਰਕਾਰ ਰਹਿ ਗਈ ਤੇ ਬੀਜੇਪੀ ਸਰਕਾਰ ਹਿੰਦੂਤਵ ਦਾ ਨਾਰਾ ਦਿੰਦੀ ਹੈ ਤੇ ਗਾਂ ਨੂੰ ਇਹ ਆਪਦੀ ਮਾਤਾ ਕਹਿੰਦੇ ਆ ਤੇ ਗਾਂਗਾਂ ਦਾ ਹੱਲ ਨੀ ਹੋਇਆ ਜੀ, 10 ਸਾਲ ਹੋ ਗਏ ਇਹਨਾਂ ਤੋਂ, ਗਾਂਗਾਂ ਦਾ ਬੁਰਾ ਹਾਲ ਹੈ, ਫਸਲਾਂ ਤਬਾਹ ਕਰ ਦਿੰਦੀਆਂ, ਇੱਥੇ ਐਕਸੀਡੈਂਟ ਹੁੰਦੇ ਆ, ਆਹ ਪਿਛਲੇ 10-15 ਦਿਨਾਂ ਦੀ ਗੱਲ ਹੈ ਜੀ, ਕੁੱਤੇ ਬੱਚਿਆਂ ਨੂੰ ਖਾਈ ਜਾਂਦੇ ਛੋਟੇ ਛੋਟਿਆਂ ਨੂੰ, ਇੱਥੇ ਬੁਰਾ ਹਾਲ, ਇੱਥੇ ਕੋਈ ਵਹਿੰਦਾ ਨੀ, ਕਾਲਿਆਂ ਵਾਲੀ ਗਊਸ਼ਾਲਾ ਨੇੜੇ, ਉਹ ਗਊਸ਼ਾਲਾ ਚ ਸਾਨੂੰ ਪਸ਼ੂ ਨੀ ਛੱਡਣ ਦਿੰਦੇ, ਪੈਸੇ ਲੈਂਦੇ ਆ, ਤਾਂ ਸਰਕਾਰ ਤੋਂ ਇਹ ਕੰਮ ਹੀ ਨੀ ਹੋਇਆ, ਜਦੋਂ ਗਊ ਮਾਤਾ ਨੂੰ ਮਾਤਾ ਕਹਿੰਦੇ ਆ ਇਹ, ਮੰਨਦੇ ਆ ਸਿੱਧੀਆਂ, ਇਹ ਭਾਸ਼ਣ ਦਿੰਦੇ ਆ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਰਹਿ ਗਿਆ, ਉਹ ਤੋਂ ਹੱਲ ਨੀ ਹੋਇਆ, ਅਸੀਂ ਇਹੀ ਅਪੀਲ ਕਰਦੇ ਹਾਂ ਵੀ ਗਾਂਗਾਂ ਦਾ ਹੱਲ ਹੋਣਾ ਚਾਹੀਦਾ, 12 ਪਸ਼ੂਆਂ ਦਾ, ਸਾਡੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਇੱਥੇ ਰੋਡਾਂ ਤੇ ਐਕਸੀਡੈਂਟ ਹੋ ਰਹੇ ਨੇ, ਕਿਸੇ ਦੀ ਜਾਨ ਚਲੀ ਜਾਂਦੀ ਹੈ, ਕੋਈ ਐਕਸੀਡੈਂਟ ਹੋ ਕੇ ਬਿਮਾਰ, ਲੱਤ ਟੁੱਟ ਗਈ ਕਿਸੇ ਦੀ, ਮੰਜਿਆਂ ਤੇ ਪਿਆ, ਇਹ ਜੀ ਮੇਨ ਮੁੱਦਾ ਹੈ, ਹੋਰ ਵੀ ਸਾਰੇ ਮੁੱਦੇ ਹੀ ਆ, ਹੁਣ ਕੋਈ ਹੱਲ ਹੀ ਨੀ ਹੋਇਆ ਜੀ। ਅੱਛਾ, ਬੀਜੇਪੀ ਕਹਿੰਦੀ ਅਸੀਂ ਬਹੁਤ ਕੰਮ ਕਰਵਾਤਾ, ਆਸੀਫਵਾਲ ਕਹਿੰਦਾ ਮੈਂ ਬਹੁਤ ਕਰਵਾਤਾ, ਜਦੋਂ ਹੁਣ ਜਿਵੇਂ ਪਿੱਛੇ ਜੇ ਕਿਸਾਨੀ ਅੰਦੋਲਨ ਤੋਂ ਬਾਅਦ ਲੋਕ ਸਵਾਲ ਕਰਨ ਲੱਗ ਗਏ ਸੀ ਕਿ ਉਹ ਤੁਹਾਡੇ ਪਿੰਡਾਂ 'ਚ ਹੁਣ ਵੋਟਾਂ ਮੰਗਣ ਆਉਂਦੇ ਆ, ਕੋਈ ਕਹੋਗੇ ਉਹਨਾਂ ਨੂੰ ਵੀ ਸਾਡਾ ਕੀਤਾ ਕੀ ਆ? ਕਹਿਣਾ ਤਾਂ ਕੀ ਆ ਜੀ, ਬਸ ਪਿਛਲੇ ਕਿਹੜੇ ਵੀ ਕਿਹਾ ਸੀ ਉਦੋਂ ਪਿਛਲੇ ਕਹਿੰਦੇ ਹੀ ਆਏ ਆ, ਕੋਈ ਫਾਇਦਾ ਹੀ ਨਹੀਂ, ਕੋਈ ਫਾਇਦਾ ਹੀ ਨਹੀਂ, ਆਹ ਆਸ਼ੀਸ਼ਪਾਲ ਰਹਿ ਗਿਆ MLA, ਮੈਂ ਤਾਂ ਇਹਨੂੰ ਦੇਖੇ ਨੀ 5 ਸਾਲ, ਹੁਣ ਦੇਖਿਆ, ਹੁਣ ਇਹ ਵੀਡੀਓ 'ਚ ਆ ਰਿਹਾ, ਪਿੰਡ 'ਚ ਤਾਂ ਮੈਂ ਹਜੇ ਵੀ ਨੀ ਦੇਖਿਆ ਵੀ ਗਲੀ ਗਲੀ ਫਿਰਦਾ ਜਾਂ ਵਿਕਾਸ ਦਿੰਦਾ ਫਿਰਦਾ, ਵੀਡੀਓ 'ਚ ਦੇਖ ਲੈਂਦੇ ਆ 5 ਸਾਲਾਂ ਬਾਅਦ ਕੋਈ ਵੀ ਨੇਤਾ ਬਣਦਾ ਤਾਂ ਆ ਕੇ ਬਸ ਉਦੋਂ ਵੋਟਾਂ ਮੰਗਦੇ ਆ, ਅਪੀਲਾਂ ਕਰਦੇ ਆ, ਪੈਰੀ ਹੱਥ ਲਾਉਂਦੇ ਆ, ਉਦੋਂ ਬਿਨਾਂ ਕੋਈ ਨੀ ਸਾਡੀ ਸਾਰ ਲੈ ਰਿਹਾ। ਆਪਣੇ ਪਹਿਲਾਂ ਬੀਜੇਪੀ ਨੂੰ 10 ਸਾਲ ਹੋ ਗਏ, MLA ਕਾਂਗਰਸ ਦਾ ਰਿਹਾ ਹੈਗਾ ਕਾਲਿਆਂ ਵਾਲੀ ਤੋਂ, ਕੋਈ ਕੰਮ ਆਪਣੇ ਏਰੀਏ 'ਚ ਹੋਏ ਆ ਕੋਈ ਲੱਗਦਾ ਕੋਈ ਕੰਮ? ਤਾਂ ਫਿਰ ਆਏ ਆ ਜੇ ਬੀਜੇਪੀ ਦਾ ਬਣਦਾ MLA ਤਾਂ ਫਿਰ ਹੀ ਹੁੰਦੇ। ਅੱਛਾ, ਕੰਮ ਫਿਰ ਇਸ ਕਰਕੇ ਘੱਟ ਹੋਏ। ਅੱਛਾ, ਜਿੰਨੇ ਹੋਣੇ ਸੀ ਉਨੇ ਨਹੀਂ ਹੋਏ, ਉਨ ਤਾਂ ਹੋਏ ਸੀਗੇ। ਠੀਕ ਹੈ, ਉਨੇ ਨਹੀਂ ਹੋਏ। ਸੀਸਪਾਲ ਮਾਰਦਾ ਰਿਹਾ ਕਿਹੜਾ? ਸੀਸਪਾਲ ਤਾਂ ਕਿਹੜੇ ਤਾਂ ਮਾਰਦਾ, ਫਿਰ ਪੱਲੇ ਕੱਖ ਨਹੀਂ। ਅੱਛਾ, ਮੈਂ ਤਾਂ ਕਰਾਏ ਕੰਮ ਤਾਂ, ਪਰ ਫਿਰ ਸਰਕਾਰ ਤੋਂ ਬਿਨਾਂ ਪੱਲੇ ਨਹੀਂ ਹੁੰਦਾ ਕੁਛ। ਤੇ ਬੀਜੇਪੀ ਤੋਂ ਆਇਆ ਕਿ ਫਿਰ ਦੇਸੂ ਉਹਦੇ ਨੂੰ ਫਿਰ ਖੜਾ ਕਰਤਾ, ਪਹਿਲਾਂ ਛੱਡ ਗਿਆ ਸੀ ਪਾਰਟੀ, ਉਹ ਕਿਵੇਂ ਲੱਗਦਾ?
ਦੇਸੂ ਜੋਧੇ ਨੇ ਜਦੋਂ ਨੰਬਰ ਬਣਾਏ ਸੀ ਆਪਦੇ ਉਦੋਂ ਤਾਂ ਇਹਨਾਂ ਨੇ ਟਿਕਟ ਕੱਟਤੀ। ਅੱਛਾ, ਹੁਣ ਵਿਚਾਰਾ ਉਹ ਗੇੜੇ ਗੂੜੇ ਖਾ ਕੇ ਆਇਆ, ਹੁਣ ਵੇਖੋ ਕੀ ਬਣਦਾ। ਅੱਛਾ, ਮੁਕਾਬਲਾ ਕੀ ਲੱਗਦਾ ਉਧਰੋਂ ਚਟਾਲੇ ਗਣੇ ਵੀ ਖੜਾ ਕਰ ਰੱਖਿਆ ਆਮ ਆਦਮੀ ਵਾਲਿਆਂ ਨੇ ਵੀ? ਮੁਕਾਬਲਾ ਤਾਂ ਐ ਵੀ ਹੁਣ ਇਹ ਆਪਣੇ ਨਿਊਟਰਲ ਬੰਦੇ ਨੂੰ ਤਾਂ ਪਤਾ ਹੀ ਨੀ ਲੱਗਣ ਦਿੰਦੇ। ਅੱਛਾ, ਕਿਉਂ ਕੱਠ ਉਹ ਵੀ ਦਿਖਾ ਦਿੰਦੇ ਆ, ਠੀਕ ਹੈ, ਦੂਜਾ ਕਾਗਜ਼ ਭਰਦਾ ਉਹ ਵੀ ਦਿਖਾ ਦਿੰਦਾ, ਠੀਕ ਹੈ, ਤੇ ਕੱਠ ਧੋਣ ਦਾ ਅੱਜੇ ਲੱਗਦੇ ਹੁੰਦੇ ਆ। ਸਹੀ ਗੱਲ, ਕੱਠ ਸਾਰੇ ਕਰ ਲੈਂਦੇ ਨੇ, ਕੱਠ ਸਾਰੇ ਕਰ ਲੈਂਦੇ, ਭਾਵੇਂ ਪੰਜਾਬ ਚੋਂ ਲਿਆਉਣੇ ਪੈਣ ਬੰਦੇ, ਭਾਵੇਂ ਰਾਜਸਥਾਨ ਚੋਂ। ਹਾਂ, ਠੀਕ ਗੱਲ ਹੈ। ਫਿਰ ਕੀ ਇਸ ਚੀਜ਼ ਦਾ ਇਲਾਜ ਹੋਵੇ? ਨਸ਼ੇ ਦਾ ਕਿਵੇਂ ਟਕਾਇਆ ਆਪਣੇ ਏਰੀਆ 'ਚ? ਨਸ਼ਾ ਸਾਡਾ ਪਿੰਡ ਤਾਂ ਠੀਕ ਹੈ। ਅੱਛਾ, ਕਿਉਂ ਏਰੀਏ 'ਚ ਵੱਧ ਹੈ? ਹਾਂ, ਜ਼ਿਆਦਾ। ਹਾਂ, ਠੀਕ ਹੈ, ਸਾਡਾ ਪਿੰਡ ਠੀਕ ਹੈ। ਠੀਕ ਹੈ, ਕੀ ਲੱਗਦਾ ਕੀ ਮਾਹੌਲ ਫਿਰ ਆਪਣੇ? ਮਾਹੌਲ ਦਾ ਸ਼ੀਸ਼ ਪਾੜੀ ਜਿੱਤੂਗਾ ਜੀ। ਅੱਛਾ, ਹਾਂਜੀ, ਕਿਵੇਂ ਚੰਗੇ ਕੰਮ ਕਰਾਏ ਆ? ਕੰਮ ਠੀਕ ਕਰਾਇਆ ਜੀ। ਹਾਂ, ਜਿਹੋ ਜਿਹਾ ਸੀਗਾ ਉਹਦੇ ਕੋਲੇ ਰਾਸ਼ਨ ਪਾਣੀ, ਠੀਕ ਹੈ, ਰਾਣਕਰੂ ਡੋਹੀ ਜੀ ਚੰਗੀ ਦਿੱਤੀ ਹੈ। ਅੱਛਾ, ਤੇ ਉਹੀ ਜਿੱਤਣ ਦੇ ਚਾਂਸ ਹੈ ਸ਼ੀਸ਼ਪਾਲ ਦੇ ਜੀ। ਠੀਕ ਹੈ, ਦੁਬਾਰਾ। ਤੇ ਆਪਣੇ ਕਾਲਜ ਦਾ ਕਹਿੰਦੇ ਵੀ ਵਧੀਆ ਹੈਗਾ, ਕੁੜੀਆਂ ਦਾ ਬਣਿਆ ਸੀਗਾ, ਸੋ ਹੈਗਾ ਕੁੜੀਆਂ ਦਾ ਕਾਲਜ ਦਾ ਠੀਕ ਬਣਿਆ ਸੀ, ਜਿਹੜੇ ਮੁੰਡਿਆਂ ਵਾਲਾ ਕੰਮ ਕਰਤਾ। ਅੱਛਾ, ਇਹ ਥੋੜਾ ਜਿਹਾ ਗਲਤ ਕਰਤਾ ਜੀ। ਐਤਕੀ ਤੋਂ ਇਹ ਲੱਗਣ ਲੱਗਿਆ ਕਾਲਜ ਕੇ? ਐਤਕੀ ਤੋਂ ਲੱਗਣ ਲੱਗਿਆ। ਅੱਛਾ, ਐਤਕੀ ਤੋਂ ਕਰਤਾ। ਇਹ ਮੁੰਡਿਆਂ ਵਾਲਾ ਜੇ ਸਿਸਟਮ ਬੰਦ ਹੋ ਜੇ ਤਾਂ ਠੀਕ ਹੀ ਹੈ ਜੀ। ਵੀ ਅੱਡ ਹੋਣਾ ਚਾਹੀਦਾ ਸੀ? ਅੱਡ ਹੋਣਾ ਚਾਹੀਦਾ ਸੀ। ਕੀ ਦਿੱਕਤ ਕੀ ਆ ਰਹੀ ਹੈ ਵੱਡੇ ਸਾਹਮਣੇ? ਦਿੱਕਤ ਆਈ ਫਿਰ ਮੁੰਡੇ ਕੁੜੀਆਂ ਦਾ, ਤੈਨੂੰ ਪਤਾ ਜੀ ਮਾਹੌਲ ਥੋੜਾ ਜਿਹਾ ਦਾ ਮਾਹੌਲ ਸੀ ਸਾਹਿਬ। ਹਾਂ, ਖਲਾਬ ਹੋਇਆ ਪਿਆ। ਅੱਛਾ ਅੱਛਾ, ਇਸ ਕਰਕੇ ਜੀ ਅੱਡ ਹੋ ਜੇ ਤਾਂ ਠੀਕ ਹੈ। ਠੀਕ ਹੈ, ਨਸ਼ੇ ਤੋਂ ਟਕਾਏ? ਨਸ਼ਾ ਤਾਂ ਟਕਾ ਕਾਹਦਾ ਜੀ, ਅਸਲ ਤਾਂ ਸਰਕਾਰ ਬਣ ਕੇ ਜਿਹੜੀ ਨਵੀਂ ਸਰਕਾਰ ਬਣਦੀ ਬਣੇ ਉਹ ਨਸ਼ੇ ਤੇ ਰੋਕ ਹੀ ਲਾਵੇ। ਪਹਿਲਾ ਨੰਬਰ ਤਾਂ ਨਸ਼ੇ ਨੂੰ ਰੋਕਣਾ ਚਾਹੀਦਾ। ਸਹੀ ਗੱਲ ਹੈ, ਦੂਜਾ ਕੰਮ ਤਾਂ ਫੇਰ ਕਰਨਾ ਚਾਹੀਦਾ। ਪਹਿਲਾਂ ਨਸ਼ੇ ਦੀ ਪੀੜ੍ਹੀ, ਜਿਹੜੀ ਨਵੀਂ ਪੀੜ੍ਹੀ ਹੈ ਨਸ਼ੇ ਨਾਲ ਗਲੀ ਜਾਂਦੀ ਹੈ। ਠੀਕ ਹੈ, ਇਹ ਨਸ਼ਾ ਨਸ਼ੇ ਤੇ ਰੋਕ ਲੱਗੇ, ਠੀਕ ਹੈ, ਫੇਰ ਹੀ ਸਰਕਾਰ ਦਾ ਫਾਇਦਾ। ਜਿਹੜੀ ਸਰਕਾਰ ਨਵੀਂ ਹੈ, ਸਾਡੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ, ਜੋ ਵੀ ਸਰਕਾਰ ਬਣਦੀ ਹੈ ਤਾਂ ਮਤਲਬ ਉਹ ਨਸ਼ੇ ਤੇ ਰੋਕ ਲਾਵੇ। ਚਟਾਲੇ ਗਣੇ ਵੀ ਖੜਾ ਕਰ ਰੱਖਿਆ ਗੁਰਤੇਜ ਸਿੰਘ ਨੂੰ, ਪਤਾ ਹੋਣਾ ਤੁਹਾਨੂੰ? ਹਾਂਜੀ, ਉਧਰੋਂ ਆਮ ਆਦਮੀ ਪਾਰਟੀ ਵੀ ਹੈ ਤੇ ਦੇਸੂ ਯੋਧਾ ਵੀ ਹੈ ਤੇ ਸੀਸਪਾਲ ਹੈ, ਕਿਵੇਂ ਮੁਕਾਬਲਾ ਕਿੰਨਾ ਚ ਲੱਗਦਾ ਤੁਹਾਡੇ ਹਿਸਾਬ ਨਾਲ? ਮੁਕਾਬਲਾ ਤਾਂ ਹੈਗਾ ਜੀ, ਉਹ ਗੱਲ ਕਰ ਸੀਸਪਾਲ ਜਿੱਤੂਗਾ। ਅੱਛਾ, ਦੂਜੇ ਨੰਬਰ ਤੇ ਕਿਹੜਾ ਲੱਗਦਾ ਤੁਹਾਨੂੰ ਮੁਕਾਬਲੇ ਚ? ਦੂਜੇ ਨੰਬਰ ਤੇ ਤਾਂ ਇਹ ਆਊਗਾ ਜੀ ਦੇਸੂ ਯੋਧਾ। ਇਲੈਕਸ਼ਨ ਦਾ ਕੀ ਮਾਹੌਲ ਲੱਗਦਾ? ਇਲੈਕਸ਼ਨ ਆਪਣੇ ਕਾਂਗਰਸ ਪਾਰਟੀ ਦਾ ਰੁਝਾਨ ਹੈ, ਜੋ ਕੰਮ ਕੀਤੇ ਆ ਤਾਂ ਸੀਸਪਾਲ ਨੇ। ਅੱਛਾ, ਮਤਲਬ ਚੰਗਾ ਨੇਤਾ ਦੇ, ਤੇ ਵੈਸੇ ਦੇਸੂ ਯੋਧਾ ਦਾ ਮੁਕਾਬਲਾ ਹੈ, ਮਤਲਬ ਕੋਈ ਖਾਸ ਨਹੀਂ ਹੈ ਉਹਦਾ ਪਿੰਡ ਦੇ ਪ੍ਰਤੀ ਕੋਈ। ਅੱਛਾ, ਹੈ ਨਹੀਂ ਵੀ ਅੱਜ ਤੱਕ ਉਹਨੇ ਕੋਈ ਪਿੰਡ ਦੇ ਵਿੱਚ ਨਾ ਤਾਂ ਕਿਸੇ ਦੇ ਗਮੀ ਸਾਡੇ 'ਚ ਨਹੀਂ। ਠੀਕ ਹੈ ਜੀ, ਸੀਸਪਾਲ ਹੈ ਕਿਸੇ ਦੇ ਵੀ ਹੈ। ਅੱਛਾ, ਦੁੱਖ ਸੁੱਖ ਦੇ ਵਿੱਚ ਸੀਰ, ਠੀਕ ਹੈ, ਆਉਂਦੇ ਆ ਤੇ ਅਸੀਂ ਬੈਠੇ ਹਾਂ ਇੱਥੇ ਵੀ 8.5 ਲੱਖ ਰੁਪਏ ਦੀ ਗਲੀ, ਠੀਕ ਹੈ, ਉਹਨਾਂ ਦੀ ਦੇਣ ਹੈ। ਅੱਛਾ, ਫਿਰ ਹਮਾਰੇ ਘਰ 'ਚ ਉੱਧਰ ਵੀ 14-15 ਲੱਖ ਦੀ ਗਲੀ, ਠੀਕ ਹੈ, ਵਿਕਾਸ ਕਰ ਸਾਰੇ ਫਿਰ ਨਹੀਂ ਬਣੀ ਹੈ, 50 ਲੱਖ ਕੀ ਦੇਣ ਉਹਨਾਂ ਦੀ ਹੈ। ਜਿਹੜੇ ਪਾਰਟੀਆਂ ਬਦਲ ਕੇ ਵਗ ਜਾਂਦੀ ਹੈ, ਕਦੇ ਟਿਕਟ ਪਾਉਣ ਵਾਸਤੇ ਕਦੇ ਇੱਧਰ ਵਗ ਗਏ ਕਦੇ ਇੱਧਰ ਵਗ ਗਏ, ਉਹਦੇ ਬਾਰੇ ਕੀ ਕਹਿਣਾ ਤੁਹਾਡਾ ਤੁਸੀਂ ਜੀ? ਉਹਨਾਂ ਦਾ ਮੈਂ ਤਾਂ ਕਹਿੰਦਾ ਨਹੀਂ ਵੀ ਉਹਨਾਂ ਨੂੰ, ਹੁਣ ਇਹ ਦੇਸੂ ਯੋਧਾ ਵੀ ਅੱਜ ਤੋਂ 5 ਸਾਲ ਪਹਿਲਾਂ ਮਤਲਬ ਕਹਿੰਦਾ ਸੀ ਬੀਜੇਪੀ ਦਾ ਰੋੜੀ, ਇਹਨੇ ਕਸਮਾਂ ਖਾਧੀਆਂ ਸੀ ਲੜਕੇ ਨੂੰ ਹੱਥ 'ਚ ਲੈ ਕੇ, ਵੀ ਜੋ ਬੀਜੇਪੀ ਨੂੰ ਵੋਟ ਡਾਲ ਲੂਗਾ ਜਾਂ ਮੈਂ ਉਹਦੇ ਜਾਊਂਗਾ ਪਾਰਟੀ 'ਚ, ਇਹਦੋਂ ਬੁਰੀ ਪਾਰਟੀ ਕੋਈ ਨਹੀਂ, ਅੱਜ ਉਸਦਾ ਨੁਮਾਇੰਦਾ ਬਣੇ। ਤੇ ਬਲਕੌਰ ਸਿੰਘ ਵੀ ਕਾਂਗਰਸ 'ਚ ਆ ਗਏ? ਬਲਕੌਰ ਸਿੰਘ ਤਾਂ ਕਾਂਗਰਸ 'ਚ ਆ ਗਏ ਜੀ, ਕਾਂਗਰਸ ਦਾ ਹੁਣ ਜਿੰਨਾ ਕੁ ਹੈ ਬਲਕੌਰ ਸਿੰਘ ਨੇ ਜੋ ਪਾਉਣਾ, ਪਰ ਕੋਈ ਪਹਿਲੇ ਉਹਨਾਂ ਦਾ ਹਲਕੇ ਪ੍ਰਤੀ ਵੱਡਾ ਯੋਗਦਾਨ ਨਹੀਂ ਹੈ।
ਦੋਸਤੋ ਅੱਜ ਤੁਸੀਂ ਗੱਲਬਾਤ ਜਿਹੜੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਚਰਚਾ ਹੈ ਉਹ ਪਿੰਡ ਤਾਰੂਆਣਾ ਦੀ ਕਾਲਾਂਵਾਲੀ ਹਲਕਾ ਦੇ ਤਾਰੂਆਣੇ ਦੇ ਲੋਕਾਂ ਨੇ ਜਿਹੜੇ ਆਪਣੇ ਆਪਣੇ ਵਿਚਾਰ ਦਿੱਤੇ ਆ ਅਤੇ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਰਾਏ ਹੈ ਆਪਣੇ ਕਮੈਂਟ ਵਿੱਚ ਰਾਏ ਜ਼ਰੂਰ ਦਿਓ। ਫੇਸਬੁੱਕ ਪੇਜ 'ਤੇ ਦੇਖ ਲਓ ਤਾਂ ਪੇਜ ਨੂੰ ਫੋਲੋ ਕਰ ਲਿਓ, ਜੇ ਯੂਟਿਊਬ 'ਤੇ ਦੇਖ ਰਹੇ ਹੋ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੇ ਬਟਨ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਹੋਰ ਖਬਰਾਂ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦਾ ਰਹੇ। ਅਤੇ ਫਿਰ ਅਗਲੀ ਵੀਡੀਓ 'ਚ ਮਿਲਦੇ ਹਾਂ ਕਿਸੇ ਹੋਰ ਪਿੰਡ ਦੇ ਹੋਰ ਸੱਥ ਦੇ ਵਿੱਚ ਬਾਬਿਆਂ ਨਾਲ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਚੋਣ ਚਰਚਾ ਨਾਲ ਸਾਡੇ ਨਾਲ ਬਣੇ ਰਹੋ। ਬਹੁਤ ਬਹੁਤ ਧੰਨਵਾਦ।